ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਆਪਰੇਸ਼ਨ ਨੀਲਾ ਤਾਰਾ, ਇੰਨਾ ਵੱਡਾ ਦਖਾਂਤ, ਸਮਾਜ ਦਾ ਕੋਈ ਵੀ ਵਰਗ ਇਸ ਦੇ ਸੇਕ ਤੋਂ ਬਚ ਨਹੀਂ ਸਕਿਆ। ਜੇ ਗੱਲ ਕਰੀਏ ਉਸ ਵੇਲੇ ਮੀਡੀਆ ਦੀ ਭੂਮਿਕਾ ਦੀ, ਦੋ ਧਾਰੀ ਤਲਵਾਰ ਤੇ ਤੁਰਨ ਦੇ ਬਰਾਬਰ ਸੀ। ਇੱਕ ਪਾਸੇ ਪੁਲਿਸ ਤੇ ਦੂਸਰੇ ਪਾਸੇ ਖਾੜਕੂ ਧਿਰਾਂ, ਦੋਵੇਂ ਬੰਦੂਕ ਦੀ ਗੋਲੀ ਦੀ ਭਾਸ਼ਾ ਸਮਝਦੀਆਂ ਸਨ। ਪਰ ਪੱਤਰਕਾਰ ਜਿਹਦੇ ਕੋਲ ਕੇਵਲ ਕਲਮ ਸੀ, ਪੁਲਿਸ ਚਾਹੁੰਦੀ ਸੀ ਕਿ ਸੱਚ ਲੋਕਾਂ ਤੱਕ ਜਾਣਾ ਨਹੀਂ ਚਾਹੀਦਾ, ਖਾੜਕੂ ਧਿਰਾਂ ਚਾਹੁੰਦੀਆਂ ਸਨ ਕਿ ਉਹਨਾਂ ਦਾ ਹਰ ਪੈਗਾਮ ਘਰ ਘਰ ਤੱਕ ਪਹੁੰਚਣਾ ਚਾਹੀਦਾ ਹੈ। ਖੈਰ, ਜਦੋਂ ਸੁੱਚਾ ਸਮਾਜ ਹੀ ਇਸ ਦੌਰ 'ਚੋਂ ਨਿਕਲ ਰਿਹਾ ਹੋਵੇ ਤਾਂ ਪੱਤਰਕਾਰੀ ਕਿਵੇਂ ਬਚ ਸਕਦੀ ਹੈ? ਇਹਨਾਂ ਮੁੱਦਿਆਂ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਜਿਹੜੇ ਵਿਸ਼ੇਸ਼ ਮਹਿਮਾਨ ਜੁੜੇ ਨੇ, ਸ਼੍ਰੀ ਰਮੇਸ਼ ਬਨੈਕ, ਹਿੰਦੁਸਤਾਨ ਟਾਈਮ ਦੇ ਸੰਪਾਦਕ, ਜਿਨ੍ਹਾਂ ਦੀ ਪੱਤਰਕਾਰੀ ਦੀ ਤਾਂਘ ਨਾ ਕੇਵਲ ਪੰਜਾਬ ਸਗੋਂ ਕੌਮੀ ਪੱਧਰ 'ਤੇ ਵੀ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਹੈ। ਸਾਡੇ ਨਾਲ ਦੂਜੇ ਮਹਿਮਾਨ PPS ਗਿੱਲ, ਜਿਨ੍ਹਾਂ ਨੇ ਕਦੇ ਵੀ ਪ੍ਰੋਫੈਸ਼ਨਲ ਕੈਰੀਅਰ ਵਿੱਚ ਗਲਤ ਕਦਰਾਂ ਕੀਮਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ। ਸਾਡੇ ਨਾਲ ਤੀਜੇ ਮਹਿਮਾਨ ਗੁਰਚਰਨ ਸਿੰਘ ਗਰੇਵਾਲ, ਜਿਹੜੇ ਉਸ ਦੌਰ ਦੇ ਵਿੱਚ ਉਹਨਾਂ ਦਿਨਾਂ ਦੇ ਅੰਦਰ ਦਰਬਾਰ ਸਾਹਿਬ 'ਚ ਗਏ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਦਰਬਾਰ ਸਾਹਿਬ ਦੀ ਰੱਖਿਆ ਲਈ ਆਵਾਜ਼ ਦਿੱਤੀ। ਉਹ ਦੌਰ ਸੀ ਜਦੋਂ ਲੋਕ ਆਪਣੇ ਦਰਵਾਜ਼ੇ ਬੰਦ ਕਰਕੇ ਬੈਠੇ ਸਨ। ਇਹਨਾਂ ਤਿੰਨਾਂ ਮਹਿਮਾਨਾਂ ਨੂੰ ਮੈਂ ਪੈਨਲ 'ਤੇ ਆਉਣ ਲਈ ਜੀ ਹਾਂ ਆਖਦਾ। ਗਿੱਲ ਸਾਹਿਬ, ਜਿੱਦਾਂ ਮੈਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ, ਉਸ ਦੌਰ ਦੇ ਵਿੱਚ ਜਦੋਂ ਆਪਰੇਸ਼ਨ ਨੀਲਾ ਤਾਰਾ ਦੀ ਆਪਾਂ ਗੱਲ ਕਰਦੇ ਹਾਂ, ਤੁਸੀਂ ਅੰਮ੍ਰਿਤਸਰ ਸੀ, ਉਹਨਾਂ ਦਿਨਾਂ ਦੇ ਅੰਦਰ ਕਿਹੋ ਜਿਹਾ ਮਾਹੌਲ ਸੀ ਜਾਂ ਤੁਹਾਡਾ ਕੀ ਅਨੁਭਵ ਰਿਹਾ, ਕੀ ਦੇਖਿਆ ਤੁਸੀਂ? ਜਗਤਾਰ ਜੀ, 31 ਵਰਿਆਂ ਦੇ ਪਿੱਛੋਂ ਵੀ ਜਦੋਂ ਸਾਕਾ ਨੀਲਾ ਤਾਰਾ ਦੀ ਗੱਲ ਕਰੀਦੀ ਹੈ ਜੀ, ਬਹੁਤ ਸਾਰੀਆਂ ਗੱਲਾਂ ਐਂ ਲੱਗਦੀਆਂ ਜਿਵੇਂ ਕੱਲ ਹੀ ਬੀਤੀਆਂ ਸੀਗੀਆਂ, ਕੁਛ ਗੱਲਾਂ ਧੁੰਦਲੀਆਂ ਵੀ ਹੋ ਜਾਂਦੀਆਂ ਨੇ ਜੀ। ਬਲੂ ਸਟਾਰ ਜਿਹੜਾ ਤੁਸੀਂ ਜਿਹਨੂੰ ਸਾਕਾ ਨੀਲਾ ਤਾਰਾ ਕਹਿੰਦੇ ਨੇ ਜੀ ਜੀ, ਉਹ ਜੂਨ ਦੇ ਪਹਿਲੇ ਹਫ਼ਤੇ ਵਿੱਚ ਹੋਂਦ ਵਿੱਚ ਆਇਆ। ਉਹਨਾਂ ਦਿਨਾਂ ਵਿੱਚ ਕੰਪਲੈਕਸ ਵਿੱਚ ਕਾਫੀ ਐਕਟੀਵਿਟੀ ਵੱਧ ਚੁੱਕੀ ਸੀਗੀ ਜੀ। ਰੋਜ਼ CRPF ਔਰ ਅੰਦਰ ਜਿਹੜੇ ਸਿੰਘ ਸੀ ਉਹਨਾਂ ਦੀ ਆਪਸ ਵਿੱਚ ਫਾਇਰਿੰਗ ਹੁੰਦੀ ਸੀਗੀ। ਬਾਅਦ 'ਚ ਪਤਾ ਲੱਗਿਆ ਵੀ ਫਾਇਰਿੰਗ CRPF ਵਾਲੇ ਇਸ ਕਰਕੇ ਕਰਦੇ ਸੀ ਦੇਖਣ ਵਾਸਤੇ ਕਿੱਥੇ ਕਿੱਥੇ ਉਹਨਾਂ ਦੇ ਮੋਰਚੇ ਲੱਗੇ, ਕਿੱਥੇ ਕਿੱਥੇ ਉਹਨਾਂ ਦੇ ਬੰਦੇ ਬੈਠੇ ਹੋਏ ਨੇ। ਔਰ ਫਿਰ ਇੱਕ ਸਰਕਾਰੀ ਭਾਸ਼ਾ ਵਿੱਚ ਕਹਿੰਦੇ ਵੀ ਸਿਚੁਏਸ਼ਨ ਉਦੋਂ ਜਿਹੜੀ ਸੀਗੀ ਬੜੀ ਤਣਾਅਪੂਰਨ ਸੀਗੀ, ਪਰ ਅਜੇ ਕੰਟਰੋਲ ਵਿੱਚ ਸੀਗੀ ਜੀ। ਲੋਕਾਂ ਵਿੱਚ ਦਹਿਸ਼ਤ ਵੀ, ਖਾਸ ਕਰਕੇ ਜਿਹੜੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਲਾਕੇ ਵਿੱਚ ਲੋਕ ਰਹਿਣ ਵਾਲੇ ਸੀਗੇ। ਪਰ ਜਦੋਂ ਬਲੂ ਸਟਾਰ ਤੋਂ ਪਹਿਲਾਂ ਕਰਫਿਊ ਲਗਾ ਦਿੱਤਾ ਗਿਆ ਜੀ, ਤਾਂ ਲੋਕਾਂ ਨੂੰ ਸਮਝ ਲੱਗ ਗਈ ਵੀ ਹੁਣ ਕੋਈ ਵੱਡਾ ਭਾਣਾ ਵਰਤਣ ਵਾਲਾ ਹੈਗਾ, ਕਿਉਂਕਿ ਉਦੋਂ ਤੱਕ ਆਰਮੀ ਦੀ ਮੂਵਮੈਂਟ ਵੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਸੀਗੀ। ਟੈਨਸ਼ਨ ਵੀ ਸੀਗੀ, ਸਹਿਮ ਵੀ ਸੀਗਾ, ਤੇ ਸਭ ਲੋਕ ਉਸਰੇ ਸੋਚਦੇ ਸੀ ਪਤਾ ਨਹੀਂ ਇੱਥੇ ਹੁਣ ਕੀ ਹੋ ਜਾਣਾ, ਕੋਈ ਲੱਗ ਰਿਹਾ ਸੀ ਕਿ ਵੱਡਾ ਭਾਣਾ ਜ਼ਰੂਰ ਵਾਪਰੇਗਾ। ਹਾਂਜੀ ਗਰੇਵਾਲ ਸਰ, ਜਿੱਦਾਂ ਮੈਂ ਜ਼ਿਕਰ ਕੀਤਾ, ਤੁਸੀਂ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈਗਾ ਕੰਪਲੈਕਸ ਦੇ ਅੰਦਰ ਗਏ ਜਦੋਂ ਲੋਕ ਆਪਣੀਆਂ ਜਾਨਾਂ ਬਚਾ ਕੇ ਨਿਕਲ ਰਹੇ ਸੰਸਦ ਪਿੰਡਰਾਂ ਵਾਲੇ ਦੇ ਸੱਦੇ ਦੇ ਉੱਤੇ, ਤਾਂ ਉਸ ਵੇਲੇ ਅੰਦਰ ਦਾ ਮਾਹੌਲ ਕਿਹੋ ਜਿਹਾ ਸੀਗਾ ਜਦੋਂ ਤੁਸੀਂ ਅੰਦਰ ਗਏ? ਤੁਸੀਂ ਔਰ 2 ਜਾਂ 3 ਤਰੀਕ ਨੂੰ ਕਿਹੜੀ ਤਰੀਕ ਨੂੰ ਅੰਦਰ ਗਏ, ਜੂਨ ਦੀ ਗੱਲ ਕਰਦੇ ਹਾਂ ਆਪਾਂ। ਸਿੱਧੂ ਸਾਹਿਬ, ਜਿਵੇਂ ਗਿੱਲ ਸਾਹਿਬ ਨੇ ਜ਼ਿਕਰ ਕੀਤਾ ਕਿ 31 ਸਾਲ ਵਾਪਰ ਗਏ ਆ ਜੀ, ਅਤੇ ਅੱਜ ਵੀ ਉਹ ਤਾਜ਼ਾ ਤਰੀਨ ਹੀ ਹੈ। ਮੈਂ ਸਮਝਦਾ ਕਿ ਉਹ ਇੱਕ ਐਸਾ ਜ਼ਖਮ ਹੈ ਜਿਹੜਾ ਇੱਕ ਨਸੂਰ ਆ ਜਿਹੜਾ ਕਿ ਸੁੱਕਿਆ ਨਹੀਂ ਅਤੇ ਉਹਦੀ ਕੋਈ ਨਾ ਦਵਾ ਕੀਤੀ ਗਈ ਹੈ। ਜੀ, ਜਿਹੜੀ ਗੱਲ ਪਹੁੰਚਣ ਦੀ ਹੈ, ਇਹ ਕਿਉਂਕਿ ਹਰ ਵਿਅਕਤੀ ਦਾ ਜਿਹੜਾ ਧਰਮ ਹੈ ਆਪਦੇ ਲਈ ਸਰਵੋਤਮ ਹੁੰਦਾ ਹੈ। ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਹੜੀ ਉਹਨਾਂ ਦੀ ਇੱਕ ਸ਼ਖਸੀਅਤ ਸੀ, ਉਹਨਾਂ ਦੀ ਲੜਾਈ ਜਿਹੜੀ ਸੀ ਉਹ ਸਿੱਖ ਹੱਕਾਂ ਦੀ ਸੀ ਜੀ ਜੀ, ਅਤੇ ਸਿੱਖੀ ਹੋਂਦ ਲਈ ਲੜਾਈ ਸੀ। ਉਹ ਲੜਾਈ ਬਾਅਦ 'ਚ ਸਮੇਂ ਦੀਆਂ ਸਰਕਾਰਾਂ ਨੇ ਉਹਦੀ ਬਣਤਰ ਹੋਰ ਦਿੱਤੀ, ਉਹਦੇ ਬਾਰੇ
ਆਉਣ ਵਾਲੇ ਸਮੇਂ 'ਚ ਆਪਾਂ ਜ਼ਿਕਰ ਕਰਾਂਗੇ ਜੀ। ਉਹਨਾਂ ਨੇ ਜਦੋਂ ਇਹ ਗੱਲ ਕੀਤੀ ਕਿ ਗੁਰਧਾਮ 'ਤੇ ਹਮਲਾ ਕੀਤਾ ਜਾ ਰਿਹਾ, ਜਿਹੜਾ ਕਿ ਬੜਾ ਯੋਜਨਾਬੰਦ ਸੀ, ਬਹੁਤ ਪਹਿਲਾਂ ਤੋਂ ਪਲੈਨਿੰਗ ਸੀ, ਇਹ ਕੋਈ ਮੌਕੇ 'ਤੇ ਕੀਤੀ ਹੋਈ ਕਾਰਵਾਈ ਨਹੀਂ ਜੀ ਜੀ। ਅਤੇ ਉਸ ਦੇ ਬਾਰੇ ਜਦੋਂ, ਕਿਉਂਕਿ ਪਹਿਲਾਂ ਸੰਗਤਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਆਪਣੇ ਗੁਰਧਾਮਾਂ ਦੀ ਰਾਖੀ ਵਾਸਤੇ ਤੁਸੀਂ ਆਉਣਾ, ਅਸੀਂ ਜਥੇ ਲੈ ਕੇ ਪਹਿਲਾਂ ਵੀ ਮਤਲਬ ਵਾਰੀ ਸਿਰ ਜਿਹੜੇ ਆਪਣੇ ਇਲਾਕਿਆਂ ਤੋਂ ਜਥੇ ਲੈ ਕੇ ਉੱਥੇ ਪਹਿਰਾ ਦਿੰਦੇ ਰਹੇ। ਜਦੋਂ 1 ਤਰੀਕ ਨੂੰ ਗੋਲੀ ਚੱਲੀ ਹੈ CRP ਨਾਲ, ਉਸ ਤੋਂ ਬਾਅਦ ਇਹ ਗੱਲ ਕਨਫਰਮ ਹੀ ਹੋ ਗਈ ਸੀ ਕਿ ਹਮਲਾ ਹੋ ਗਿਆ ਦਰਬਾਰ ਸਾਹਿਬ 'ਤੇ ਇੱਕ ਸਾਹਿਬ ਦਾ। ਅਤੇ ਫਿਰ 2 ਤਰੀਕ ਨੂੰ ਅਸੀਂ ਗਏ ਹਾਂ, 2 ਤਰੀਕ ਨੂੰ ਭਾਵੇਂ ਕਰਫਿਊ ਲੱਗਾ ਸੀ, ਕਰਫਿਊ ਲੱਗਿਆ ਸੀ, ਬਾਹਰ ਤਾਂ ਬੜੀਆਂ ਪਾਬੰਦੀਆਂ ਸੀਗੀਆਂ, ਪਹੁੰਚਣਾ ਹੀ ਬੜਾ ਮੁਸ਼ਕਿਲ ਸੀ। ਪਰ ਉਹਦੇ ਬਾਵਜੂਦ ਕਰਫਿਊ ਲੱਗਾ ਸੀ, ਪਰ ਕਿਉਂਕਿ ਸਾਡੇ ਮਨ ਦੀ ਇੱਕ ਭਾਵਨਾ ਸੀ, ਇੱਕ ਤਰੰਗ ਸੀ ਅਤੇ ਇੱਕ ਜਜ਼ਬਾ ਵੀ ਸੀ, ਅਤੇ ਕਿਉਂਕਿ ਅਸੀਂ ਪਹੁੰਚੀਏ ਉੱਥੇ ਜੀ, ਅਤੇ ਉਸ ਦਿਨ ਅਸੀਂ ਇੱਕ ਜਥਾ ਜਾ ਰਿਹਾ ਸੀਗਾ ਜਿਹਨੇ DC ਤੋਂ ਪਰਮਿਸ਼ਨ ਲੈ ਕੇ ਗਏ। ਉਹਦੇ ਵਿੱਚ ਜਾਣ ਵੇਲੇ ਸਾਨੂੰ ਬੜੀ ਮੁਸ਼ਕਿਲ ਵੀ ਆਈ, ਜਦੋਂ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਪਹੁੰਚੇ, ਘੰਟਾ ਘਰ ਦੇ, CRP ਕਾਫੀ ਸਾਡੇ 'ਤੇ ਖਫਾ ਹੋ ਗਈ, ਈਵਨ ਕਿ ਇੱਦਾਂ ਲੱਗਦਾ ਸੀ ਕਿ ਇੱਥੇ ਹੀ ਗੋਲੀ ਚੱਲ ਜਾਏਗੀ ਜੀ। ਪਰ ਕਿਸੇ ਤਰ੍ਹਾਂ ਪ੍ਰਸ਼ਾਸਨ ਨੇ ਉਸ ਜਥੇ ਨੂੰ ਅੱਗੇ ਜਾਣ ਦਿੱਤਾ, ਮਤਲਬ ਅਸੀਂ ਇਸ ਤਰ੍ਹਾਂ ਲੱਗ ਰਹੇ ਸੀ ਜਿਵੇਂ ਅਸੀਂ ਇੱਕ ਬਾਰਡਰ ਕ੍ਰੋਸ ਕਰਕੇ ਅਸੀਂ ਕਿਸੇ ਹੋਰ ਮਤਲਬ ਦੇਸ਼ 'ਚੋਂ ਆਪਣੇ ਦੇਸ਼ ਵਿੱਚ ਜਾ ਰਹੇ ਹਾਂ। ਫਿਰ ਸਾਹਿਬ ਆਪਾਂ ਅਗਲੇ ਮੁੱਦੇ 'ਤੇ ਆਉਂਦੇ, ਮੈਂ ਇਹ ਜ਼ਰੂਰ ਜਾਣਨਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਲਈ, ਜਦੋਂ ਤੁਸੀਂ ਅੰਦਰ ਗਏ ਤਾਂ ਉਦੋਂ ਲੱਗਦਾ ਸੀਗਾ ਕਿ ਜਿਹੜੇ ਅੰਦਰ ਲੋਕ ਸੀਗੇ, ਸੰਤ ਪਿੰਡਰਾਂ ਵਾਲਾ, ਜਨਰਲ ਸ਼ਵੇਕ ਸਿੰਘ ਜਾਂ ਬਾਕੀ ਜਿਹੜੇ ਲੋਕ ਬੈਠੇ ਸੀ, ਕਿ ਲੜਾਈ ਲਈ ਆਪਣੇ ਆਪ ਨੂੰ ਮੈਂਟਲੀ ਤਿਆਰ ਕਰੀ ਬੈਠੇ ਸੀ ਕਿ ਵੀ ਹੁਣ ਲੜਾਈ ਲੱਗਣ ਵਾਲੀ ਹੈ, ਜਿਸ ਲੜਾਈ ਦੀ ਤੁਸੀਂ ਗੱਲ ਕਰਦੇ ਹੋ। 2 ਤਰੀਕ ਦਾ ਮਾਹੌਲ ਤਾਂ ਕੁਛ ਇਸ ਤਰ੍ਹਾਂ ਦਾ ਸੀ, ਕਿਉਂਕਿ ਉੱਥੇ 1 ਤਰੀਕ ਨੂੰ ਮਹਿੰਗਾ ਸਿੰਘ ਜੀ ਜਿਹੜੇ ਸੀ ਉਹ ਸ਼ਹੀਦ ਹੋਏ, ਉਹਨਾਂ ਦਾ ਸੰਸਕਾਰ ਹੋਇਆ, ਬੜਾ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਮਾਹੌਲ ਸੀ। ਸਾਰੇ ਦਰਬਾਰ ਕੰਪਲੈਕਸ ਵਿੱਚ ਗੋਲੀਆਂ ਲੱਗੀਆਂ ਹੋਈਆਂ ਸੀ, ਗੋਲੀਆਂ 'ਤੇ ਨਿਸ਼ਾਨ ਲਾਏ ਹੋਏ ਸੀ, ਉਦੋਂ ਗੋਲੀਬਾਰੀ ਸ਼ੁਰੂ ਹੋ ਗਈ, ਗੋਲੀਬਾਰੀ 1 ਤਰੀਕ ਦੀ ਗੋਲੀਬਾਰੀ ਦੇ ਸਾਰੇ ਜਿਹੜੇ ਹਾਲਾਤ ਉੱਥੇ ਦਿਖਾਈ ਦੇ ਰਹੇ ਸੀ, ਜਿਹੜੇ ਕਿ ਮੈਂ ਸਮਝਦਾ ਕਿ ਪਹਿਲੀ ਵਾਰ ਹੋਏ ਸੀ ਇਸ 20ਵੀਂ ਸਦੀ ਦੇ ਅੰਦਰ। ਪਿਛਲੇ ਹੱਲਿਆਂ ਤੋਂ ਬਾਅਦ ਦੀ ਆਪਾਂ ਗੱਲ ਕਰੀਏ, ਬਲੂ ਸਟਾਰ ਦੇ ਆਪਰੇਸ਼ਨ ਦੀ ਪਹਿਲੀ ਜਾਣੀ ਉਹ ਸਟਾਰਟਿੰਗ ਉੱਥੋਂ ਹੁੰਦੀ ਆ ਜੀ ਜੀ। ਅਤੇ ਬਹੁਤ ਇੱਕ ਹੋਰ ਤਰ੍ਹਾਂ ਦਾ ਮਾਹੌਲ ਸੀ ਵੀ ਸਾਡੇ 'ਤੇ ਇੱਕ ਹਮਲਾ ਹੋ ਗਿਆ ਬਿਲਕੁਲ, ਪਰ ਕੀ ਆ ਵੀ ਇਹ 3 ਤਰੀਕ ਨੂੰ ਪਤਾ ਲੱਗਾ ਸੀ ਇਸ ਗੱਲ ਦਾ ਅਸਲ ਕਿ ਕੱਲ੍ਹ ਨੂੰ ਫੌਜ ਜਿਹੜੀ ਹੈ ਇਹ ਹਮਲਾ ਕਰਨ ਜਾ ਰਹੀ ਆ। ਵਿਨਾਇਕ ਸਾਹਿਬ, ਜਿੱਦਾਂ ਤੁਸੀਂ ਰਿਪੋਰਟਿੰਗ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਵਾਰ ਪੰਜਾਬ 'ਚ ਵੀ ਘੁੰਮੇ, ਅੰਮ੍ਰਿਤਸਰ ਵੀ ਘੁੰਮੇ, ਉਸ ਵੇਲੇ ਜਿਹੜਾ ਮਾਹੌਲ ਸੀਗਾ ਲੱਗਦਾ ਸੀ ਕਿ ਅੰਮ੍ਰਿਤਸਰ ਹੀ ਸਭ ਤੋਂ ਵੱਧ ਸੰਵੇਦਨਸ਼ੀਲ ਹੈ ਜਾਂ ਪੂਰਾ ਪੰਜਾਬ ਹੀ ਉੱਭਰ ਰਿਹਾ ਸੀ ਉਸ ਟਾਈਮ? ਦੇਖੋ, ਉਸ ਵੇਲੇ ਤਾਂ ਜ਼ਿਆਦਾ ਜੋ ਮੈਂ ਸਮਝਦਾ ਕਿ ਸਾਰੀ ਇਹ ਵਾਇਲੈਂਸ ਜਾਂ ਜਿਹੜਾ ਘਟਨਾਕ੍ਰਮ ਦਾ ਜਿਹੜਾ ਕੇਂਦਰ ਬਿੰਦੂ ਸੀ ਉਹ ਤਾਂ ਅੰਮ੍ਰਿਤਸਰ ਜਾਂ ਗੁਰਦਾਸਪੁਰ ਇਨ ਬਾਰਡਰ ਜ਼ਿਲ੍ਹਿਆਂ ਨੂੰ ਮੰਨਿਆ ਜਾਂਦਾ ਸੀ, ਲੇਕਿਨ 87 ਤੋਂ ਬਾਅਦ ਜੋ ਪੰਜਾਬ ਦੇ ਬਾਕੀ ਹਿੱਸੇ ਹੈ, ਪੰਜਾਬ ਦੇ ਬਾਕੀ ਜ਼ਿਲ੍ਹੇ ਹੈ ਜਾਂ ਯੂਨੋ ਮਾਲਵਾ ਹੈ, ਦੁਆਬਾ ਹੈ, ਉਹਨਾਂ ਨੂੰ ਵੀ ਯੂਨੋ ਉਹ ਵੀ ਹਿੰਸਾ ਦੀ ਚਪੇਟ 'ਚ ਆਉਣ ਲੱਗ ਪਏ ਸੀ। ਲਾਰਜ ਸਕੇਲ ਜਿਹੜੀ ਵਾਇਲੈਂਸ ਹੈ, ਜਿਹੜੀ ਯੂਨੋ ਕਿਤੇ 70 ਬੰਦੇ ਮਾਰਤੇ, ਕਿਤੇ 50 ਬੰਦੇ ਮਾਰਤੇ, ਕਿਤੇ 20 ਬੰਦੇ ਮਾਰਤੇ, ਉਹ ਜਿਹੜਾ ਵਰਤਾਰਾ ਮੈਨੂੰ ਲੱਗਦਾ ਕਿ ਉਹ 86-87 ਤੋਂ ਬਾਅਦ ਹੋਣਾ ਸ਼ੁਰੂ ਹੋਇਆ, ਜਦੋਂ ਹਿੰਸਾ ਬਿਲਕੁਲ ਆਊਟ ਆਫ ਕੰਟਰੋਲ ਵਾਲੀ ਗੱਲ ਹੋ ਗਈ ਸੀ। ਮੈਨੂੰ ਯਾਦ ਹੈ ਕਿ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 1988 ਜਨਵਰੀ ਦਾ ਪਹਿਲਾ ਮਹੀਨਾ ਜੀ, ਸਾਲ ਦਾ ਪਹਿਲਾ ਦਿਨ ਜਨਵਰੀ ਪਹਿਲਾ, ਅਤੇ ਮੈਂ ਉੱਥੇ ਅੰਮ੍ਰਿਤਸਰ ਰਹਿੰਦਾ ਸੀ ਅਤੇ ਮੈਨੂੰ ਯੂਨੋ ਗਿੱਲ ਸਾਹਿਬ ਦਾ ਮੈਸੇਜ ਆਇਆ ਕਿ ਵੀ ਕਿਤੇ ਬਿਆਸ ਦੇ ਕੋਲ ਕੋਈ ਘਟਨਾ ਹੋਈ ਹੈ ਜੀ, ਵੀ ਜੇ ਤੁਸੀਂ ਉੱਥੇ ਯੂਨੋ ਚਲੇ ਜਾਓ ਉੱਥੇ ਐਜ ਏ ਰਿਪੋਰਟਰ ਤੁਸੀਂ ਜਾ ਕੇ ਦੇਖੋ ਜੀ। ਅਤੇ ਮੈਨੂੰ ਯਾਦ ਹੈ ਕਿ ਮੈਂ ਅਤੇ ਹੋਰ ਪੱਤਰਕਾਰ ਅਸੀਂ ਉੱਥੇ, ਧੁੰਦ ਪਈ ਬਹੁਤ ਜ਼ਿਆਦਾ, ਅਤੇ ਅਸੀਂ ਉੱਥੇ ਉਹ ਪਿੰਡ 'ਚ ਪਹੁੰਚੇ ਅਤੇ ਲੱਗਿਆ ਵੀ ਇੱਥੇ ਕੁਛ ਹੋਇਆ ਹੀ ਨਹੀਂ ਸ਼ਾਇਦ, ਅਤੇ ਫਿਰ ਅਸੀਂ ਉਹ ਜਾ ਕੇ ਥੋੜ੍ਹਾ ਜਿਹਾ ਪਤਾ ਕੀਤਾ ਅਤੇ ਇੱਕ ਫਾਰਮ ਹਾਊਸ 'ਤੇ ਸਾਰਾ ਹੀ ਪਰਿਵਾਰ ਮਾਰਤਾ ਗਿਆ ਸੀ, ਚੀਮਾ ਬਾਠ ਪਿੰਡ ਆ ਉਹ, ਉੱਥੇ ਕੋਈ ਰੋਣ ਵਾਲਾ ਵੀ ਹੈ ਨਹੀਂ ਸੀ ਕੋਈ ਉੱਥੇ, ਅਤੇ ਥੋੜ੍ਹੀ ਦੇਰ ਬਾਅਦ ਉੱਥੇ ਫੈਮਲੀ ਤਬਾਹ ਹੋ ਗਈ, ਸਾਰੀ ਫੈਮਲੀ ਮਾਰ ਦਿੱਤੀ ਗਈ ਜਿਹੜੀ ਕਿ ਉਹਨਾਂ ਉਸ ਦਿਨ ਮੈਨੂੰ ਯਾਦ ਹੈ ਕਿ 18 ਕਤਲ ਅੰਮ੍ਰਿਤਸਰ ਦੇ ਅਲੱਗ ਅਲੱਗ ਜ਼ਿਲ੍ਹਿਆਂ 'ਚ ਹੋਏ ਜੀ ਜੀ, ਅਤੇ ਰਾਤ ਤੱਕ ਜਦੋਂ ਅਸੀਂ ਖਬਰ ਲਿਖੀ ਤਾਂ 18 ਬੰਦਿਆਂ ਦੇ ਕਤਲ ਦੀ ਖਬਰ ਦੂਜੇ ਦਿਨ ਟ੍ਰਿਬਿਊਨ ਦੇ ਵਿੱਚ
ਉਹ ਛਪੀ। ਦਿਨੇਕ ਸਾਹਿਬ, ਜਿੱਦਾਂ ਤੁਸੀਂ ਕਹਿ ਰਹੇ ਹੋ ਬਿਲਕੁਲ ਲਾਸ਼ਾਂ ਦੇ ਉੱਤੋਂ ਦੀ ਲੰਘ ਕੇ ਰਿਪੋਰਟਿੰਗ ਕਰਨ ਵਾਲੀ ਗੱਲ ਸੀ, ਗਿੱਲ ਸਾਹਿਬ ਤੁਸੀਂ ਉਸ ਦੌਰ ਜਿੱਦਾਂ ਆਪਾਂ ਕਿਹਾ ਕਿ ਉੱਥੇ ਸੀ, ਜਦੋਂ ਇੱਦਾਂ ਦੀ ਕਵਰੇਜ ਕਰਨ ਲਈ ਜਦੋਂ ਵਿਨਾਇਕ ਸਾਹਿਬ ਕਹਿੰਦੇ ਮੈਂ ਉੱਥੇ ਗਿਆ ਅਤੇ ਇੱਦਾਂ ਦਾ ਦਰਦਨਾਕ ਸੀਨ ਦੇਖਿਆ, ਤੁਹਾਨੂੰ ਕਈ ਵਾਰੀ ਹੱਥ ਆਪਣੇ ਨਹੀਂ ਸੀ ਕੰਮ ਦੇ ਇਸ ਗੱਲ ਦੇ ਜਾਂ ਡਰ ਨਹੀਂ ਸੀ ਲੱਗਦਾ ਕਿਹੋ ਜਿਹੇ ਲੜਾਈ ਦੇ ਮੈਦਾਨ ਦੇ ਵਿੱਚ ਬੈਠੇ ਹਾਂ ਅਸੀਂ? ਦੇਖੋ ਜਗਤਾਰ ਜੀ, ਗੱਲ ਇਹ ਹੈ ਉਹ ਜਿਹੜਾ ਮਾਹੌਲ ਸੀਗਾ ਰੂਸ ਦੇ, ਜਿਵੇਂ ਵਿਨਾਇਕ ਸਾਹਿਬ ਨੇ ਕਿਹਾ ਵੀ ਕਤਲ ਹੁੰਦੇ ਸੀ ਮਾਰੇ ਜਾਂਦੇ ਸੀਗੇ, ਉਹਦੇ ਨਾਲ ਸਾਡੀ ਕੋਈ ਇਮਿਊਨਿਟੀ ਨਹੀਂ ਵਧੀ ਜੀ, ਪਰ ਸਾਡੀ ਸੈਂਸਿਟੀਵਿਟੀ ਹੋਰ ਵੱਧ ਗਈ। ਸਾਨੂੰ ਜਰਨਲਿਜ਼ਮ ਵਿੱਚ ਵੀ ਇਹ ਸਿੱਖਣਾ ਪਿਆ, ਅਸੀਂ ਸਿੱਖਿਆ ਵੀ ਹਿਊਮਨ ਕਦਰਾਂ ਕੀਮਤਾਂ ਜ਼ਿਆਦਾ ਜ਼ਰੂਰੀ ਨੇ ਬਜਾਏ ਕਿ ਕਿਸੇ ਨੂੰ ਸੈਂਸੇਸ਼ਨਲਾਈਜ਼ ਕਰਕੇ ਕੋਈ ਚੀਜ਼ ਪੇਸ਼ ਕਰਨੀ। ਤੁਹਾਨੂੰ ਮੈਂ ਇੱਕ ਪਰਸਨਲ ਤਜਰਬੇ ਦੀ ਗੱਲ ਦੱਸਦਾ, ਕਈਆਂ ਨੇ ਮੈਨੂੰ ਪੁੱਛਿਆ ਵੀ ਗਿੱਲ ਸਾਹਿਬ ਤੁਹਾਡੇ ਬੱਚੇ ਕਿੰਨੇ ਨੇ? ਮੈਂ ਜੀ ਦੋ ਛੋਟੇ ਛੋਟੇ, ਇੱਕ ਐਡਾ ਕਿਹਾ ਅਤੇ ਇੱਕ ਐਡਾ ਕਿਹਾ। ਕਹਿੰਦੇ ਜੀ ਰੁਕੀ ਤਾਂ ਨੂੰ ਦੱਸ ਦਿਓ, ਤੁਸੀਂ ਐਂ ਦੱਸ ਦਿਓ। ਕਹਿੰਦੇ ਜੀ ਇੱਥੇ ਹਾਲਾਤ ਇਹੋ ਜਿਹੇ, ਜਦੋਂ ਘਰੋਂ ਜਾਈਦਾ ਸੁੱਤੇ ਹੁੰਦੇ, ਰਾਤ ਨੂੰ ਘਰ ਆਈਦਾ ਸੁੱਤੇ, ਤਾਂ ਕਦੀ ਤੁਰੇ ਫਿਰਦੇ ਅਸੀਂ ਦੇਖੇ ਹੀ ਨਹੀਂ। ਪਰ ਕਈ ਦੁਕਾਨ 'ਤੇ ਇਹੋ ਜਿਹੇ ਦੇਖੇ ਨੇ ਅਸੀਂ। ਇੱਕ ਥਾਂ 'ਤੇ ਅਸੀਂ ਗਏ, ਉੱਥੇ ਇਕੱਲੀ ਔਰਤ ਵਿਚਾਰੀ ਬੈਠੀ ਹੋਈ ਮੰਜੀ ਦੇ ਉੱਤੇ, ਅਤੇ ਉਹਦੇ ਪਰਿਵਾਰ ਦਾ ਜਿਵੇਂ ਵਿਆਹ ਸਭ, ਕੋਈ ਘਰ ਦਾ ਜੀ ਨਹੀਂ ਸੀ ਬਚਿਆ। ਅਸੀਂ ਆਖਿਆ ਜੀ ਕੋਈ ਬਚਿਆ? ਅਤੇ ਉਹ ਬੈਠੀ ਸੀ, ਮੈਂ ਕਿਹਾ ਜੀ ਬੱਚਾ, ਉਹਨੇ ਚੁੰਨੀ ਚੁੱਕ ਕੇ ਦਿਖਾਈ, ਉਹਦੇ ਛਾਤੀ ਦੇ ਵਿੱਚ ਗੋਲੀ ਗਈ ਸੀ, ਦੋ ਢਾਈ ਤਿੰਨ ਮਹੀਨੇ ਦਾ ਬੱਚਾ ਸੀਗਾ। ਇਸ ਤਰ੍ਹਾਂ ਇੱਕ ਭਿੱਖੀਵਿੰਡ ਵਾਲ ਪਿੰਡ ਸੀਗਾ, ਉਸ ਘਰ 'ਚ ਕੋਈ ਮੇਲ ਮੈਂਬਰ ਬਚਿਆ ਹੀ ਨਹੀਂ ਸੀਗਾ। ਅਸੀਂ ਉਹਦੀ ਇੱਕ ਸਟੋਰੀ ਵੀ ਕੀਤੀ ਸੀਗੀ ਹਾਊਸ ਆਫ ਵਿਡੋਸ ਕਰਕੇ। ਸੋ ਇਸ ਕਰਕੇ ਉਹ ਦੁਖਾਂਤ ਬਹੁਤ ਸੀਗੇ, ਹਿਰਦੇ ਵੇਦਕ। ਪਰ ਗਿੱਲ ਸਾਹਿਬ ਜਿੱਦਾਂ ਤੁਸੀਂ, ਉਦੋਂ ਦੋਨਾਂ ਪਾਸਿਓਂ ਡਰ ਲੱਗਦਾ ਸੀ, ਪੁਲਿਸ ਕੋਲ ਵੀ ਅਤੇ ਮਿਲੀਟੈਂਟਸ ਕੋਲ। ਜੀ 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 ਜੀ, ਆਪਾਂ ਬਹੁਤ ਹੀ ਨਾਜ਼ੁਕ ਮਾਮਲੇ 'ਤੇ ਤੁਸੀਂ ਸਾਨੂੰ ਸਾਰਿਆਂ ਨੂੰ ਇਹ ਗੱਲ ਦੱਸ ਕੇ ਬੜਾ ਭਾਵੁਕ ਵੀ ਕੀਤਾ, ਔਰ ਖਾਸ ਤੌਰ 'ਤੇ ਕਿਹੋ ਜਿਹੇ ਹਾਲਾਤ ਦੇ ਵਿੱਚ ਪੰਜਾਬ ਲੰਘਿਆ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਉਸ ਦੌਰ ਦੇ ਬਾਰੇ 'ਚ ਚਰਚਾ ਜਾਰੀ ਰੱਖਾਂਗੇ। ਮਜ਼ਬੂਰੀ ਹੈ ਕਿ ਸਾਡੀ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਅਸੀਂ ਆਪਣੇ ਮਹਿਮਾਨਾਂ ਨਾਲ ਇਹਨਾਂ ਗੱਲਾਂ 'ਤੇ ਹਾਜ਼ਰ ਹੁੰਦੇ ਹਾਂ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਰਮੇਸ਼ ਨਾਇਕ ਜੀ ਆਪਾਂ ਚਰਚਾ ਕਰ ਰਹੇ ਸੀ, ਖਾਸ ਤੌਰ 'ਤੇ ਗਿੱਲ ਸਾਹਿਬ ਨੇ ਜਿਹੜਾ ਇਸ਼ੂ ਲਿਆ ਕਿ ਵੀ ਸਾਡੇ 'ਤੇ ਜਿਹੜਾ ਪ੍ਰੈਸ਼ਰ ਸੀ ਪੱਤਰਕਾਰੀ ਦੇ ਖੇਤਰ ਦੇ 'ਚ, ਚਾਹੇ ਉਹ ਪ੍ਰੀਸ ਵੱਲੋਂ ਸੀ ਚਾਹੇ ਮਿਲੀਟੈਂਟਸ ਵੱਲੋਂ, ਦੋਨੇ ਪਾਸਿਆਂ ਤੋਂ ਦਬਾਅ ਬਣਦਾ ਸੀ, ਤੁਹਾਡਾ ਕੀ ਅਨੁਭਵ ਹੈ ਇਸ ਬਾਰੇ? ਦੇਖੋ ਉਸ ਵੇਲੇ ਜੋ ਹਾਲਾਤ ਸਨ 87, 88, 89, 90, 91, 92 ਤੱਕ, ਅਤੇ ਉਸ ਵੇਲੇ ਤਾਂ ਕੋਈ ਸ਼ੱਕ ਨਹੀਂ ਕਿ ਦੋਨਾਂ ਧਿਰਾਂ ਵੱਲੋਂ ਪੱਤਰਕਾਰਤਾ ਦੇ ਉੱਪਰ ਬਹੁਤ ਪ੍ਰੈਸ਼ਰ ਸੀ ਜੀ, ਔਰ ਪੱਤਰਕਾਰਾਂ ਨੇ ਵੀ ਬੜਾ, ਮੈਂ ਸਮਝਦਾ ਕਿ ਮੁੱਲ ਚੁਕਾਇਆ ਉਸ ਵੇਲੇ। ਬਹੁਤ ਸਾਰੇ ਪੱਤਰਕਾਰ ਸ਼ਹੀਦ ਹੋਏ, ਮਾਰੇ ਗਏ, ਅਤੇ ਕਈ ਤਾਂ ਕਈਆਂ ਨੂੰ ਤਾਂ ਮੈਂ ਸਮਝਦਾ ਕਿ ਕੀਮਤ ਚੁਕਾਉਣੀ ਪਈ, ਜੋ ਉਹਨਾਂ ਮਾਲਕਾਂ ਦੀ ਸੋਚ ਸੀ ਉਹਦੇ ਕਰਕੇ ਉਹਨਾਂ ਨੂੰ ਉਹ ਕੀਮਤ ਚੁਕਾਉਣੀ ਪਈ। ਅਤੇ ਮੈਨੂੰ ਇੱਕ ਅਕਸਰ ਸਵਾਲ ਪੁੱਛਿਆ ਜਾਂਦਾ ਵੀ ਤੁਸੀਂ ਉੱਥੇ ਅੰਮ੍ਰਿਤਸਰ ਰਹੇ ਹੋ ਅਤੇ ਤੁਹਾਨੂੰ ਦਰਬਾਰ ਸਾਹਿਬ ਜਾਂਦੇ ਕਦੇ ਡਰ ਨਹੀਂ ਲੱਗਿਆ? ਅਤੇ ਮੈਂ ਸਮਝਦਾ ਕਿ ਅੱਜ 28 ਸਾਲ ਵਜੋਂ ਮੈਂ ਦੇਖਦਾ ਅਤੇ ਮੈਨੂੰ ਲੱਗਦਾ ਕਿ ਮੈਨੂੰ ਇਸ ਕਰਕੇ ਨਹੀਂ ਡਰ ਲੱਗਿਆ ਦਰਬਾਰ ਸਾਹਿਬ ਕਦੇ ਵੀ ਜਾਂਦੇ ਹੋਏ, ਕਿਉਂਕਿ ਮੈਂ ਜਿਹੜੇ ਅਖਬਾਰ ਲਈ ਕੰਮ ਕਰਦਾ ਸੀ, ਉਹ ਅਖਬਾਰ ਜਾਣਿਆ ਜਾਂਦਾ ਸੀਗਾ ਫੋਰ ਇਸ ਬੈਲੈਂਸ, ਫੋਰ ਇਸ ਓਬਜੈਕਟਿਵਿਟੀ। ਅਤੇ ਉਹ ਕੁਛ ਜਿਵੇਂ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਉਸਤਾਦ ਤੋਂ ਸਿੱਖਦੇ ਹੋ, ਗਿੱਲ ਸਾਹਿਬ ਨੇ ਸ਼ੁਰੂ ਤੋਂ ਇਹੀ ਸਿਖਾਇਆ ਵੀ ਓਬਜੈਕਟਿਵ ਰਹੋ, ਦੋਨਾਂ ਤਰ੍ਹਾਂ ਦਾ ਆਪਾਂ ਉਹਨਾਂ ਦੇ ਵਰਸ਼ਨ ਦੋ, ਦੋਨਾਂ ਜੋ ਫੈਕਟਸ ਆ ਉਹਦੀ ਗੱਲ ਕਰੀਏ ਆਪਾਂ, ਜਿਵੇਂ ਸੈਂਸੇਸ਼ਨਲਿਜ਼ਮ ਵੱਲ ਕਦੇ ਨਹੀਂ ਚੱਲੇ। ਅਤੇ ਇਹਦੇ ਕਰਕੇ ਵੀ ਮੈਨੂੰ ਯਾਦ ਹੈ ਕਿ ਅਸੀਂ ਮੇਰਾ ਖਿਆਲ ਡੇਲੀ ਦੋ ਦੋ ਤਿੰਨ ਤਿੰਨ ਵਾਰ ਦਰਬਾਰ ਸਾਹਿਬ, ਜਦੋਂ ਵੀ ਉੱਥੇ ਕੋਈ ਪ੍ਰੈਸ ਕਾਨਫਰੰਸ ਹੋਣੀ, ਅਕਾਲ ਤਖਤ ਸਾਹਿਬ ਤਾਂ ਉਸ ਵੇਲੇ ਹਾਫ ਬਿਲਟ ਸੀ, ਪੂਰਾ ਬਣੀ ਨਹੀਂ ਸੀ, ਸਟਰਕਚਰ ਬਣੀ ਨਹੀਂ ਸੀ, ਉਹ ਅਕਾਲ ਤਖਤ ਸਾਹਿਬ 'ਤੇ ਕਈ ਵਾਰ ਪੰਥਕ ਕਮੇਟੀ ਦੀਆਂ ਪ੍ਰੈਸ ਕਾਨਫਰੰਸਾਂ ਹੋਣੀਆਂ ਜਾਂ ਅੰਦਰ ਜੋ ਪ੍ਰਕਰਮਾ 'ਚ ਕਮਰੇ ਆ ਉੱਥੇ ਪ੍ਰੈਸ ਕਾਨਫਰੰਸ ਹੋਣੀਆਂ, ਪ੍ਰੈਸ਼ਰ ਜ਼ਰੂਰ ਸੀਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਮੈਂ ਸਮਝਦਾ ਕਿ ਤੁਸੀਂ ਸ਼ੁਰੂ 'ਚ ਕਿਹਾ ਕਿ ਦੋ ਧਾਰੀ ਜਿਵੇਂ ਕਿ
ਚੰਗੀ ਤਲਵਾਰ 'ਤੇ ਚੱਲਣ ਵਾਲੀ ਗੱਲ ਸੀਗੀ, ਦੋਨੇ ਪਾਸੇ ਦੋਨੇ ਸੀ। ਲੇਕਿਨ ਮੈਂ ਸਮਝਦਾ ਕਿ ਜਿਹੜੇ ਪੱਤਰਕਾਰ ਯੂਨੋ ਉਸ ਵੇਲੇ ਬੈਲੈਂਸ ਨਾਲ ਕੰਮ ਕਰਦੇ ਸੀ ਉਹਨਾਂ 'ਤੇ ਸ਼ਾਇਦ ਪ੍ਰੈਸ਼ਰ ਘੱਟ ਨਹੀਂ ਸੀ ਜਾਂ ਉਹ ਬਰਦਾਸ਼ਤ ਕਰ ਸਕੇ। ਗ੍ਰੇਵਲ ਸਾਹਿਬ ਇੱਕ ਗੱਲ ਜਿਹੜੀ ਬੜੀ ਕਿ ਵੀ ਜਿਹੜੇ ਪੁਲਿਸ ਦੀ ਗੱਲ ਜਿਹੜੀ ਕਿ ਪੁਲਿਸ ਤਾਂ ਹੈ ਹੀ ਸੀ ਉਹਨਾਂ ਮੌਕਿਆਂ ਦੇ ਉੱਤੇ ਜਿਸ ਤਰ੍ਹਾਂ ਆਪਣਾ ਦਬਾਅ ਬਣਾ ਰਹੀ ਸੀ ਸਾਰਾ, ਉਹਦੇ ਬਾਰੇ ਕੋਈ ਦੋ ਰਾਏ ਨਹੀਂ ਹੈਗੀਆਂ। ਮਿਲੀਟੈਂਟਸ ਧੜਿਆਂ ਬਾਰੇ ਵੀ ਤੁਸੀਂ ਕਿਉਂਕਿ ਉਸ ਦੌਰ ਦੇ ਵਿੱਚ ਜਿਹੜੀ ਗਰਮ ਖਿਆਲੀ ਜਿਹੜੀ ਸੋਚ ਸੀ ਉਸਦੀ ਵੀ ਨੁਮਾਇੰਦਗੀ ਕਰਦੇ ਰਹੇ ਹੋ ਕਿ ਇਹ ਸਹੀ ਹੈ ਕਿ ਵੀ ਜਿਹੜੀ ਮਿਲੀਟੈਂਟ ਸੀ ਉਸੇ ਤਰੀਕੇ ਨਾਲ ਪ੍ਰੈਸ਼ਰ ਪਾਉਂਦੇ ਸੀਗੇ ਜਿਹੜਾ ਹੈਗਾ ਜਰਨਲਿਜ਼ਮ ਦੇ ਉੱਤੇ, ਆਮ ਲੋਕਾਂ ਦੇ ਉੱਤੇ? ਅਤੇ ਸਿੱਧੂ ਸਾਹਿਬ ਇੱਕ ਇਹ ਗੱਲ ਮੈਂ ਜਿਹੜੀ ਮੰਨ ਕੇ ਚੱਲਦਾ ਅਤੇ ਅਸਲ ਹੈ ਵੀ ਸੀ ਕਿ ਜਿਹੜਾ ਉਹ ਸੰਘਰਸ਼ ਸੀ ਉਹ ਸੰਘਰਸ਼ ਕੋਈ ਦਹਿਸ਼ਤਵਾਦ ਨਹੀਂ ਸੀ ਜੀ ਜੀ, ਉਹ ਸੰਘਰਸ਼ ਇੱਕ ਹੱਕਾਂ ਦੀ ਲੜਾਈ ਦਾ ਸੰਘਰਸ਼ ਸੀ। ਅਤੇ ਮੈਂ ਇਸ ਗੱਲ ਲਈ ਪੂਰਾ ਵਿਸ਼ਵਾਸ ਵੀ ਰੱਖਦਾ ਹਾਂ ਅਤੇ ਲੋਕਾਂ ਦੇ ਵਿੱਚ ਜਿਵੇਂ ਵਿਨਾਇਕ ਸਾਹਿਬ ਨੇ ਜ਼ਿਕਰ ਕੀਤਾ, ਗਿੱਲ ਸਾਹਿਬ ਨੇ ਜ਼ਿਕਰ ਕੀਤਾ, ਐਸੇ ਜਿਹੜੇ ਪੱਤਰਕਾਰ ਜਿਹੜੇ ਬੈਲੈਂਸ ਰੱਖਦੇ ਸੀ ਇਹਨਾਂ ਵੱਲੋਂ ਵੀ ਐਸੀਆਂ ਬਹੁਤ ਰਿਪੋਰਟਾਂ ਆਈਆਂ ਕਿ ਸੰਤ ਪਿੰਡਰਾਂ ਵਾਲੇ ਕੋਈ ਕਿਸੇ ਧਰਮ ਦੇ ਜਾਂ ਫਿਰਕੇ ਦੇ ਖਿਲਾਫ਼ ਲੜਾਈ ਨਹੀਂ ਸੀ ਕਰਦੇ। ਇਹ ਜਿਹੜੀ ਜਿੰਨਾ ਕੁਛ ਵਾਪਰਿਆ, ਜਿਹੜੇ ਹਾਲਾਤ ਪੈਦਾ ਕੀਤੇ, ਇਹ ਹਿੰਦੁਸਤਾਨ ਦੀ ਮਾੜੀ ਰਾਜਨੀਤਿਕ ਸੋਚ ਨੇ ਪੈਦਾ ਕੀਤੇ। ਉਸ ਸਮੇਂ ਦੀ ਮੈਂ ਇੱਥੇ ਭਾਵੇਂ ਵਿਸ਼ਾ ਨਹੀਂ ਹਾਂ, ਮੈਂ ਗੱਲ ਜ਼ਰੂਰ ਕਰਨੀ ਚਾਹਾਂਗਾ ਕਿ ਇੰਦਰਾ ਗਾਂਧੀ ਦਾ ਹਿੰਦੁਸਤਾਨ ਦੇ ਅੰਦਰ ਫੇਲੂਅਰ ਜਿਹੜਾ ਸੀ ਉਹਨੇ ਆਪਣੇ ਆਪ ਨੂੰ ਸਰਵਾਈਵ ਕਰਨ ਲਈ ਸਿੱਖਾਂ ਨੂੰ ਮਾਰਨ ਵਾਸਤੇ ਇੱਕ ਬਹੁਤ ਪਲੈਨਿੰਗ ਨਾਲ ਇਹ ਸਾਰਾ ਕੁਛ ਕੀਤਾ। ਸੰਤ ਇੱਕ ਐਸੀ ਸ਼ਖਸੀਅਤ ਸੀ ਜਿਹੜੇ ਕਹਿਣੀ ਤੇ ਕਰਨੀ ਦੇ ਪੂਰੇ ਸੀ, ਸਿਰਫ ਇੰਨੀ ਗੱਲ ਸੀ ਉਹ ਸਮਝੌਤਾ ਰਾਜਨੀਤੀ ਨਹੀਂ ਸੀ ਕਰਦੇ, ਲੈ ਦੇ ਨਹੀਂ ਸੀ ਕਰਦੇ, ਜਿਹੜੀ ਗੱਲ ਉਹਨਾਂ ਨੇ ਕਹੀ ਉਹ ਤੇ ਪੂਰੇ ਉਤਰੇ। ਅਖੀਰ ਉਹਨਾਂ ਨੇ ਕਿਹਾ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋਊਗਾ ਤਾਂ ਮੇਰੇ ਲਾਸ਼ ਦੇ ਉੱਤੋਂ ਦੀ ਲੰਘ ਕੇ ਜਾਣਗੇ ਟੰਗ ਤੋਂ। ਰਹੀ ਗੱਲ ਜਿਵੇਂ ਖਾੜਕੂਵਾਦ ਦੀ ਗੱਲ ਕਰਦਾ, ਇਹ ਗੱਲ ਸ਼ਾਇਦ ਉਦੋਂ ਅਸੀਂ ਨਹੀਂ ਸਾਨੂੰ ਪਤਾ ਸੀ, ਪਰ ਉਹ ਤੋਂ ਬਾਅਦ ਜਦੋਂ ਅਸੀਂ ਅੰਦਰ ਗਏ ਜਾਂ ਸਮਾਂ ਪਿਆ ਐਕਸਪੀਰੀਅੰਸ ਹੋਇਆ ਤਾਂ ਉਦੋਂ ਇਹ ਪਤਾ ਲੱਗਦਾ ਕਿ ਖਾੜਕੂਆਂ ਦੇ ਭੇਸ ਦੇ ਵਿੱਚ ਬਹੁਤ ਸਾਰੇ ਐਸੀ ਸਰਕਾਰੀ ਤੱਤ ਹੀ ਸੀ ਜਿਹੜੇ ਸਾਨੂੰ ਬਦਨਾਮ ਕਰਨ ਲਈ ਐਸੀਆਂ ਗੱਲਾਂ ਕਰਦੇ ਸੀ। ਘਰਾਂ ਦੇ ਵਿੱਚ ਮੈਂ ਇਹ ਦੇਖਦਾ ਹੁੰਦਾ ਕਿ ਜਿਹੜੇ ਸਿੱਖਾਂ ਵਾਸਤੇ ਕਹਿੰਦੇ ਲੜਾਈ ਲੜੀਗੀ ਅਤੇ ਸਭ ਤੋਂ ਵੱਧ ਪੀੜਿਤ ਹੋਏ ਸਿੱਖ, ਪੇਂਡੂ ਖੇਤਰ ਪੀੜਿਤ ਹੋਇਆ, ਹਰ ਰੋਜ਼ ਸ਼ਾਮ ਨੂੰ ਮਾਤਮ ਹੁੰਦਾ ਸੀ ਪਿੰਡਾਂ ਦੇ ਵਿੱਚ। ਗਿੱਲ ਸਾਹਿਬ ਨੇ ਕਿਹਾ ਕਿ ਪੂਰੇ ਦੇ ਪੂਰੇ ਕਾਰਜ ਜਿਹੜੇ ਸਾਫ਼ ਹੋ ਗਏ, ਉਹੀ ਆ ਕੇ ਰੋਟੀ ਖਾ ਜਾਂਦੇ ਸੀ ਅਤੇ 4 ਘੰਟੇ ਬਾਅਦ ਪੁਲਿਸ ਆ ਜਾਂਦੀ ਸੀ ਵੀ ਤੁਸੀਂ ਖਾੜਕੋਂ ਰੋਟੀ ਖਵਾਈ ਹੈ। ਸੋ ਐਸੇ ਤੱਤ ਜਿਨ੍ਹਾਂ ਨੇ ਉਸ ਸੰਘਰਸ਼ ਨੂੰ ਬਦਨਾਮ ਕੀਤਾ, ਮੂਵਮੈਂਟ ਨੂੰ ਬਦਨਾਮ ਕਰਨ ਦੀ ਸੰਤਾਂ ਦੀ ਸੋਚ ਕੋਈ ਕਿਸੇ ਇੱਕ ਫਿਰਕੇ ਨੂੰ ਮਾਰਨ ਦੀ ਜਾਂ ਲੁੱਟਖੋ ਕਰਨ ਦੀ ਨਹੀਂ ਸੀ। ਮੈਂ ਇੱਥੇ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੁੰਦਾ ਜੀ ਜੀ, ਵਿਸ਼ਵਨਾਥ ਤਿਵਾੜੀ ਇਸ ਯੂਨੀਵਰਸਿਟੀ ਦੇ ਜਿਹੜੇ ਰਜਿਸਟਰਾਰ ਸੀਗੇ ਆਪਣਾ ਮਨੀਸ਼ ਤਿਵਾੜੀ ਦੇ ਪਿਤਾ ਜੀ, ਅਤੇ ਮੈਨੂੰ ਬਕਾਇਦਾ ਇਹ ਗੱਲ ਯਾਦ ਆ ਕਿ ਉਹ ਪੇਪਰਾਂ ਦੇ ਮਾਮਲੇ 'ਚ ਉਦੋਂ ਪੇਪਰ 84 ਦੇ ਵਿੱਚ ਕੈਂਸਲ ਕੀਤੇ ਸੀ ਅਤੇ ਯੂਨੀਵਰਸਿਟੀ ਨੇ ਕੈਂਸਲ ਨਹੀਂ ਕੀਤੇ, ਅਤੇ ਉਸ ਅੰਮ੍ਰਿਤਸਰੋਂ ਕੁਛ 2-3 ਨੌਜਵਾਨ ਇੱਥੇ ਆਏ ਮਿਲਣ ਵਾਸਤੇ ਅਤੇ ਉਹਨਾਂ ਨੇ ਵਿਸ਼ਵਨਾਥ ਤਿਵਾੜੀ ਨੂੰ ਮਾਰਤਾ। ਅਤੇ ਮੈਨੂੰ ਇਹ ਗੱਲ ਯਾਦ ਹੈ ਕਿ ਉਹ ਸੰਤਾਂ ਦੇ ਮੱਥੇ ਨਹੀਂ ਸੀ ਲੱਗ ਰਹੇ, ਸੰਤਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਬਹੁਤ ਮਾੜਾ ਕੰਮ ਕੀਤਾ, ਬਈ ਸਾਡੀ ਲੜਾਈ ਕਿਸੇ ਇੱਕ ਵਿਸ਼ੇਸ਼ ਵਿਅਕਤੀ ਨਾਲ ਜਾਂ ਧਰਮ ਨਾਲ ਨਹੀਂ ਤੁਹਾਡੇ, ਪਰ ਉਹ ਗੱਲ ਮੈਨੂੰ ਬਕਾਇਦਾ ਯਾਦ ਹੈ ਕਿ ਹਿੰਦੂ ਦੇ ਮਾਰਨ ਦੇ ਖਿਲਾਫ ਸਨ ਉਹ, ਕਿਸੇ ਇੱਕ ਫਿਰਕੇ ਦੇ ਖਿਲਾਫ ਕੋਈ ਨਹੀਂ ਸਨ ਜਿਹੜੇ ਸਹੀ ਲੜਾਈ ਸੀ। ਨੈਕਸਟ ਸਰ, ਜਿਹੜੀ ਇਹ ਗੱਲ ਵੀ ਬਾਰ ਬਾਰ ਬਹਿਸ ਦੇ ਵਿੱਚ ਉਸ ਦੌਰ 'ਚ ਲੰਬੇ ਸਮੇਂ ਤੋਂ, ਅੱਜ ਮੈਂ 31 ਸਾਲ ਦੀ ਗੱਲ ਕਰਦੇ ਹਾਂ, ਲਗਾਤਾਰ ਰਿੜਕਿਆ ਜਾ ਰਿਹਾ ਕਿ ਉਹ ਦੌਰ ਸੀ ਜਦੋਂ ਪੁਲਿਸ ਦੀ ਗੱਲ ਕਰਦੇ ਆਪਾਂ ਮਿਲੀਟੈਂਟਸ ਦੀ ਗੱਲ ਕਰਦੇ ਹਾਂ, ਦੋਨਾਂ ਧਿਰਾਂ ਵੱਲੋਂ ਹੀ ਨਿਹੱਥੇ ਲੋਕਾਂ ਨੂੰ ਵੀ ਮਾਰਿਆ ਗਿਆ। ਗਰੇਵਾਲ ਸਾਹਿਬ ਕਹਿੰਦੇ ਆ ਕਿ ਵੀ ਇਹ ਪੁਲਿਸ ਦੇ ਤੱਤ ਸੀ ਜਾਂ ਇੱਦਾਂ ਸ਼ਰਾਰਤੀ ਐਲੀਮੈਂਟ ਸੀ ਜਿਨ੍ਹਾਂ ਨੇ ਸਾਡੀ ਮੂਵਮੈਂਟ 'ਚ ਸ਼ਾਮਿਲ ਹੋ ਕੇ ਕੀਤਾ। ਇੱਦਾਂ ਵੀ ਲੱਗਿਆ ਕਿ ਜਾਣੇ ਜਾਣ ਜਾਣੇ 'ਚ ਨਿਹੱਥੇ ਲੋਕ ਵੀ ਮਾਰੇ ਗਏ ਦੋਨਾਂ ਧਿਰਾਂ ਵੱਲੋਂ? ਮੈਂ ਸਮਝਦਾ ਕਿ ਜ਼ਿਆਦਾ ਲੋਕ ਤਾਂ ਨਿਹੱਥੇ ਹੀ ਮਾਰੇ ਗਏ ਜੀ, ਜੋ ਪੰਜਾਬ ਦੇ 25,000 ਲੋਕ ਮਾਰਿਆ ਗਿਆ ਹੈ ਉਹ ਕੌਣ ਸੀ? ਉਹ ਸਾਰੇ ਇਨੋਸੈਂਟ ਸੀ ਨਾ ਜੀ, ਉਹ ਜੀ ਜੀ, ਚਾਹੇ ਉਹ ਪਿੰਡਾਂ 'ਚ ਮਾਰੇ ਗਏ ਚਾਹੇ ਉਹ ਸ਼ਹਿਰਾਂ 'ਚ ਮਾਰੇ ਗਏ, ਲੇਕਿਨ ਹੁਣ ਇਹ ਕੋਈ ਕਸੂਰ ਨਹੀਂ ਸੀ, ਹਾਂ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹ ਕੋਈ ਧਿਰ ਨਹੀਂ ਸੀ ਯੂਨੋ, ਔਰ ਜਿਹੜੇ ਧਿਰ ਸੀ ਉਹ ਵੀ ਮਾਰੇ ਗਏ ਯੂਨੋ, ਚਾਹੇ ਉਹ ਯੂਨੋ ਫੇਕ ਇਨਕਾਊਂਟਰ ਹੋਏ ਜਾਂ ਅਸਲੀ ਇਨਕਾਊਂਟਰ ਹੋਏ ਜੀ ਜੀ। ਸੋ
ਮੈਨੂੰ ਇਹ ਲੱਗਦਾ ਕਈ ਵਾਰ ਨਾ ਜੀ ਕਿ ਠੀਕ ਹੈ ਅਸੀਂ ਇਹ ਗੱਲ ਕਰਦੇ ਹਾਂ ਕਿ 84 ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ, ਮੈਂ ਸਮਝਦਾ ਨਹੀਂ ਭੁੱਲਣਾ ਚਾਹੀਦਾ, ਲੇਕਿਨ ਜਿਹੜੇ ਉੱਥੋਂ ਦੇ ਲੈਸਨ ਹੈ, ਜਿਹੜੇ ਉੱਥੋਂ ਸਬਕ ਸਿੱਖੇ ਹੈ ਅਸੀਂ, ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ। ਓਕੇ, ਉਹ ਜ਼ਿਆਦਾ ਇੰਪੋਰਟੈਂਟ। ਵਰਤਾਰਾ ਜੋ ਹੋ ਗਿਆ ਹੁਣ ਉਹਦੇ ਬਾਰੇ ਅਸੀਂ ਕੁਛ ਕਰ ਨਹੀਂ ਸਕਦੇ, ਲੇਕਿਨ ਜੋ ਦੇਸ਼ ਨੇ, ਕੌਮ ਨੇ, ਪੰਜਾਬੀਆਂ ਨੇ, ਪੋਲੀਟੀਕਲ ਪਾਰਟੀਆਂ ਨੇ ਜੋ ਉਹਤੋਂ ਲੈਸਨ ਸਿੱਖਣੇ ਚਾਹੀਦੇ ਆ, ਕੀ ਉਹ ਲੈਸਨ ਸਿੱਖੇ ਗਏ? ਜੀ ਜੀ, ਨੈਕਸਟ ਤੁਸੀਂ ਬੜਾ ਵੱਡਾ ਕੁਐਸਚਨ ਰੇਜ਼ ਕੀਤਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਉਹਦੇ ਤੁਸੀਂ ਲੈਸਨ ਸਿੱਖੇ। ਜੇ ਆਪਾਂ ਅੱਜ ਵੀ ਦੇਖੀਏ ਮੁਲਕ 'ਚ ਸੈਂਟਰ ਦੇ ਵਿੱਚ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ ਚੇਂਜ ਆਈ ਹੈ, ਇਹਦੇ ਬਾਵਜੂਦ ਅਸੀਂ ਹਰ ਰੋਜ਼ ਦੇਖਦੇ ਹਾਂ ਕੁਛ ਲੋਕਾਂ ਵੱਲੋਂ ਇੱਕ ਫਿਰਕੇ ਦੇ ਖਿਲਾਫ਼, ਦੂਜੇ ਫਿਰਕੇ ਦੇ ਖਿਲਾਫ਼ ਇੱਦਾਂ ਦੀ ਬਿਆਨਬਾਜ਼ੀ, ਨਫ਼ਰਤ ਦੇ ਇੱਦਾਂ ਦਾ ਮਾਹੌਲ ਪੈਦਾ ਕੀਤਾ ਜਾਂਦਾ। ਲੱਗਦਾ ਕਿ ਸਾਡੀ ਜਿਹੜੀ ਕੌਮ ਹੈ ਉਹ ਸਬਕ ਸਿੱਖ ਰਹੀ ਹੈ ਕਿ ਜਾਂ ਅਸੀਂ ਫਿਰ ਉਹੋ ਜਿਹੀਆਂ ਗਲਤੀਆਂ ਦੁਹਰਾਉਣ ਵੱਲ ਨੂੰ ਤੁਰੇ ਰਹਿੰਦੇ ਹਾਂ? ਦੇਖੋ, ਜੇ ਆਪਾਂ ਇਹਨੂੰ 84 ਦੇ ਸੰਦਰਭ 'ਚ ਦੇਖੀਏ ਤਾਂ ਮੈਂ ਸਮਝਦਾ ਕਿ ਦੇਸ਼ ਦੀ ਜੋ ਇਸਟੈਬਲਿਸ਼ਮੈਂਟ ਹੈ, ਜੀ ਜੀ, ਇਹਨੂੰ ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਜੀ ਜੀ, ਮੈਨੂੰ ਲੱਗਦਾ ਕਿ ਉਹਨਾਂ ਨੇ ਕਿਸੇ ਹੱਦ ਤੱਕ ਲੈਸਨ ਸਿੱਖਿਆ ਹੈ ਵੀ ਤੁਸੀਂ ਕਿਸੇ ਦੇ ਧਾਰਮਿਕ ਅਕੀਦੇ 'ਤੇ ਹਮਲਾ ਨਹੀਂ ਕਰ ਸਕਦੇ। ਜੀ ਜੀ, ਉਹਨਾਂ ਨਾਲ ਇਸ ਤਰ੍ਹਾਂ ਦੇ ਜ਼ਖਮ ਮਿਲਦੇ ਨੇ ਕੌਮ ਨੂੰ, ਦੇਸ਼ ਨੂੰ, ਜਿਨ੍ਹਾਂ ਦੀ ਭਰਪਾਈ ਸ਼ਾਇਦ ਸਦੀਆਂ ਤੱਕ ਨਹੀਂ ਹੁੰਦੀ। ਸੋ ਮੈਂ ਸਮਝਦਾ ਕਿ ਉਹ ਤੋਂ ਬਾਅਦ ਤੁਸੀਂ ਜੇ ਦੇਖਿਆ ਹੋਵੇ, ਚਾਹੇ ਉਹ ਹਜ਼ਰਤ ਬਲ ਦਾ ਕ੍ਰਾਈਸਿਸ ਸੀ ਕਸ਼ਮੀਰ ਦੇ ਵਿੱਚ 1992 ਦੇ ਵਿੱਚ, ਬਹੁਤ ਉਹਨਾਂ ਨੇ ਸੋਚ ਸਮਝ ਕੇ ਉਹਨੂੰ ਡੀਲ ਕੀਤਾ। ਮੈਂ ਸਮਝਦਾ ਕਿ ਹਾਲਾਤ ਉਹਨਾਂ ਨਾਲ ਵੀ ਜ਼ਿਆਦਾ ਭੈੜੇ ਹੋ ਸਕਦੇ ਸੀ। ਉਹ ਤੋਂ ਬਾਅਦ ਜੇ ਆਪਾਂ ਦਰਬਾਰ ਸਾਹਿਬ ਦੀ ਗੱਲ ਕਰੀਏ, 1988 ਉੱਥੇ ਆਪਰੇਸ਼ਨ ਬਲੈਕ ਥੰਡਰ ਹੋਇਆ, ਐਗਜੈਕਟਲੀ 4 ਸਾਲ ਬਾਅਦ, ਉਹਨੂੰ ਵੀ ਮੈਂ ਸਮਝਦਾ ਕਿ ਉਹਨਾਂ ਨੇ ਬਹੁਤ ਤਰੀਕੇ ਨਾਲ ਉਹਨੂੰ ਉਹਨਾਂ ਨੇ ਡੀਲ ਕੀਤਾ, ਜਿੱਦਾਂ ਦਾ ਇੱਕ ਬੜਾ ਯੂਨੋ ਅੰਧਾ ਧੁੰਦ ਫੋਰਸ ਯੂਜ਼ ਕੀਤੀ ਗਈ 1984 ਦੇ ਵਿੱਚ, ਜਿਹਦੇ ਸਾਰੇ ਬਹੁਤ ਸਾਰੇ ਇਨੋਸੈਂਟ ਲੋਕ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਗੁਰਪੁਰਬ ਦੇ ਜਾਣੀ ਕਿ ਮੌਕੇ 'ਤੇ ਉੱਥੇ ਇਕੱਤਰ ਹੋਏ ਸੀ, ਉਹਨਾਂ ਉਹ ਲੋਕ ਮਾਰੇ ਗਏ। ਸੋ ਮੈਂ ਸਮਝਦਾ ਕਿ ਦੇਸ਼ ਨੇ ਕਿਸੇ ਹੱਦ ਤੱਕ ਤਾਂ ਇੱਕ ਵੱਡੇ ਲੈਵਲ 'ਤੇ ਲੈਸਨ ਜ਼ਰੂਰ ਸਿੱਖੇ ਨੇ ਕਿ ਤੁਸੀਂ ਕਿਸੇ ਦੇ ਧਰਮ ਦੇ ਉੱਪਰ ਅਟੈਕ ਨਾ ਕਰੋ, ਕਿਸੇ ਧਰਮ ਦਾ ਸਥਾਨ 'ਤੇ ਅਟੈਕ ਨਾ ਕਰੋ। ਔਰ ਜਿਹੜੇ ਬਾਕੀ ਸਿਆਸੀ ਲੈਸਨ ਨੇ, ਮੈਂ ਸਮਝਦਾ ਉਹ ਨਹੀਂ ਹਲੇ ਸਿੱਖੇ ਅਸੀਂ। ਜਿਵੇਂ ਪੰਜਾਬ ਦੇ ਜਿਹੜੇ ਖਾਸ ਕਰ ਜਿਵੇਂ ਪੰਜਾਬ ਦੇ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ, ਚਾਹੇ ਉਹ ਪਾਣੀਆਂ ਦਾ ਮੁੱਦਾ, ਚਾਹੇ ਉਹ ਰਾਜਧਾਨੀ ਦਾ ਮੁੱਦਾ, ਮੈਨੂੰ ਲੱਗਦਾ ਕੋਈ ਅਸੀਂ ਸਾਰੇ ਉਹ ਠੰਡੇ ਬਸਤੇ 'ਚ ਪਾਤੇ ਜਿਵੇਂ ਕੁਛ ਹੋਇਆ ਹੀ ਨਹੀਂ ਹੁੰਦਾ। ਆਫਟਰਆਲ ਇਹ ਸਾਰੇ ਮੁੱਦੇ ਹੀ ਕਾਰਨ ਬਣੇ ਨਾ ਜੀ, ਜਦੋਂ ਇਹ ਸਾਰਾ ਜਿਹਦਾ ਬਿਲਡਅਪ ਹੁੰਦਾ, ਉਹ ਫਿਰ 84 ਵਾਪਰਦਾ, ਜਾਂ ਉਹ ਤੋਂ ਬਾਅਦ ਦਿੱਲੀ ਦੇ ਵਿੱਚ ਦੰਗੇ ਹੁੰਦੇ ਨੇ। ਸੋ ਮੈਂ ਸਮਝਦਾ ਜਦੋਂ ਜ਼ਰੂਰਤ ਪੈਂਦੀ ਅਸੀਂ ਮੁੱਦਿਆਂ ਨੂੰ ਬਾਹਰ ਕੱਢ ਲੈਂਦੇ ਹਾਂ। ਮੈਨੂੰ ਲੱਗਦਾ ਕਿ ਉਹ ਮੁੱਦਿਆਂ ਨੂੰ ਨਹੀਂ ਭੁੱਲਣਾ ਚਾਹੀਦਾ, ਔਰ ਮੁੱਦਿਆਂ ਦਾ ਇਹ ਰੈਜ਼ੋਲਿਊਸ਼ਨ ਲਈ ਜਿਹੜਾ ਇੱਕ ਵਾਰਤਾਲਾਪ ਹੈ, ਡਾਇਲੋਗ ਹੈ ਨਾ ਜੀ, ਡੈਮੋਕ੍ਰੇਸੀ ਦਾ ਜਿਹੜਾ ਐਸੈਂਸ ਹੈ ਉਹ ਡਾਇਲੋਗ ਹੈ ਜੀ ਜੀ, ਉਹ ਨਹੀਂ ਟੁੱਟਣਾ ਚਾਹੀਦਾ ਜੀ ਜੀ। ਗਰੇਵਰ ਸਾਹਿਬ, ਜਿਹੜੀ ਰਮੇਸ਼ ਵਿਨਾਇਕ ਉਹਨਾਂ ਨੇ ਬੜਾ ਇੱਕ ਇੰਪੋਰਟੈਂਟ ਇਸ਼ੂ ਜਿਹੜਾ ਹੈਗਾ ਰੇਜ਼ ਕੀਤਾ ਕਿ ਵੀ ਅਸੀਂ ਬਹੁਤ ਸਬਕ ਸਿੱਖਿਆ, ਪਰ ਅਜੇ ਵੀ ਲੱਗਦਾ ਕਿ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ ਉਹਨੇ ਉਹ ਸਬਕ ਨਹੀਂ ਸਿੱਖਿਆ। ਜਦੋਂ ਸਾਨੂੰ ਜ਼ਰੂਰਤ ਪੈਂਦੀ ਹੈ ਅਸੀਂ ਉਹਨਾਂ ਮੁੱਦਿਆਂ ਨੂੰ ਕੱਢ ਲੈਂਦੇ ਹਾਂ, ਜਦੋਂ ਜ਼ਰੂਰਤ ਨਹੀਂ ਪੈਂਦੀ ਅਸੀਂ ਉਹਨਾਂ ਮੁੱਦਿਆਂ ਨੂੰ ਜਿਹੜਾ ਠੰਡੇ ਬਸਤੇ 'ਚ ਪਾ ਦਿੰਦੇ ਹਾਂ। ਫੋਰ ਐਗਜ਼ਾਮਪਲ, ਜਿਹੜੀ ਇਹਨਾਂ ਨੇ ਗੱਲ ਕੀਤੀ ਆਨੰਦਪੁਰ ਸਾਹਿਬ ਦੇ ਮਤੇ 'ਤੇ, ਬਹੁਤ ਜ਼ਿਆਦਾ ਗੱਲ ਹੋਈ, ਸਾਡਾ ਅੱਜ ਦਾ ਵਿਸ਼ਾ ਵੀ ਨਹੀਂ ਹੈ, ਅਸੀਂ ਆਨੰਦਪੁਰ ਸਾਹਿਬ ਦਾ 350 ਸਾਲਾਂ ਮਨਾ ਰਹੇ ਹਾਂ, ਮਨਾਉਣਾ ਚਾਹੀਦਾ, ਸਾਡੀਆਂ ਬੜੀਆਂ ਭਾਵਨਾਵਾਂ ਜੁੜੀਆਂ ਵੀ ਹੈਗੀਆਂ। ਮੇਰੇ ਖਿਆਲ ਇੱਕ ਵੀ ਨੇਤਾ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨਹੀਂ ਕੀਤੀ ਸੀ। ਆਨੰਦਪੁਰ ਸਾਹਿਬ ਦੀ ਕਰਦੇ ਹਾਂ ਸਲੂਟ ਹੈ ਉਸ ਧਰਤੀ ਨੂੰ, ਇਹਦੇ ਵੱਖਰੀ ਗੱਲ ਹੈ, ਪਰ ਆਨੰਦ ਸਾਹਿਬ ਦੇ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ, ਆਨੰਦਪੁਰ ਸਾਹਿਬ ਦੇ ਮਤੇ 'ਤੇ ਇੱਕ ਲਫ਼ਜ਼ ਵੀ ਅੱਜ ਤੱਕ ਨਹੀਂ ਬੋਲਿਆ। ਲੱਗਦਾ ਨਹੀਂ ਕਿ ਪੋਲੀਟੀਕਲ ਤੌਰ 'ਤੇ ਅਸੀਂ ਐਕਸਪਲੋਇਟ ਕਰਦੇ ਹਾਂ, ਉਦੋਂ ਬਾਅਦ ਜਦੋਂ ਲੋੜ ਪੈਂਦੀ ਹੈ ਉਹਨੂੰ ਠੰਡੇ ਪਾਸੇ 'ਚ ਰੱਖ ਦਿੰਦੇ ਹਾਂ। ਨਹੀਂ, ਵਿਨਾਇਕ ਸਾਹਿਬ ਦਾ ਜਿਹੜੀ ਸਿਆਣਪ ਅਤੇ ਸੂਝ ਦੇ ਨਾਲ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਬਹੁਤ ਸੋਹਣੀ ਗੱਲ ਆ ਕਿ ਕੋਈ ਵੀ ਕੰਮ ਆ ਜਿਹੜਾ ਲੋਕਤੰਤਰੀ ਢੰਗ ਨਾਲ, ਡਾਇਲਾਗ ਦੇ ਨਾਲ ਹੋਣਾ ਚਾਹੀਦਾ। ਜੀ ਜੀ, ਇਹ ਭਾਵੇਂ ਕਿ ਜਿਵੇਂ ਬਲੈਕ ਥੰਡਰ ਬਾਰੇ ਜ਼ਿਕਰ ਕੀਤਾ, ਪਰ ਮੈਂ ਤਾਂ ਇਹ ਸਮਝੂੰਗਾ ਕਿ ਬਲੈਕ ਥੰਡਰ ਵੀ ਇੱਕ ਉਹ ਸਰਕਾਰ ਨੇ ਇੱਕ ਮੈਨੇਜ ਕੀਤਾ ਹੋਇਆ ਸਾਰਾ ਸੀਗਾ, ਕਿ ਕਿਉਂਕਿ ਜੋ ਪ੍ਰੈਸ਼ਰ ਬਲੂ ਸਟਾਰ ਤੋਂ ਬਾਅਦ ਸਿੱਖਾਂ 'ਤੇ ਆਇਆ,
ਉਹਨਾਂ ਨੇ ਇਸ ਸਿਰਫ ਸਾਡੇ ਉਸ ਸਿਸਟਮ ਨੂੰ ਬਦਨਾਮ ਕਰਨ ਲਈ ਕਿ ਉਹ ਕਿਵੇਂ ਸੀ ਉਹ ਸਾਰਾ ਕੁਛ ਪਤਾ ਹੀ ਆ, ਜਗੀਰ ਸਿੰਘ ਵਗੈਰਾ ਜਾਂ ਕੌਣ ਸੀਗੇ ਕਿੱਦਾਂ ਸੀ ਉਹ ਸਾਰਾ ਕੁਛ ਹੋਇਆ, ਮੈਂ ਵਿਚਾਰਾਂ ਤੋਂ ਸ਼ਾਇਦ ਇਤਫਾਕ ਰੱਖਦਾ ਹਾਂ। ਪਰ ਜਿਹੜੀ ਗੱਲ ਤੁਹਾਡੀ ਠੀਕ ਹੈ ਕਿ ਸਿਆਸਤ ਨੇ ਥੋੜ੍ਹਾ ਸਿੱਖਿਆ ਹੋਏਗਾ, ਉਹਨਾਂ ਨਹੀਂ ਸਿੱਖਿਆ, ਪਰ ਠੀਕ ਹੈ ਰਾਜਨੀਤਿਕ ਪਾਰਟੀਆਂ ਨੂੰ ਉਹ ਮੁੱਦੇ ਜਿਹੜੇ ਆ ਉਹ ਜ਼ਰੂਰ ਜਿਉਂਦੇ ਰੱਖਣੇ ਚਾਹੀਦੇ ਆ, ਕਿਉਂਕਿ ਜਿਹੜੀ ਲੜਾਈ ਆ ਉਹ ਹੱਕਾਂ ਦੀ ਆ, ਲੋਕਾਂ ਦੇ ਮਸਲਿਆਂ ਦੀ ਆ, ਪੰਜਾਬ ਦੇ ਮਸਲਿਆਂ ਦੀ ਆ, ਉਹ ਬਿਲਕੁਲ ਜਿਹੜੀ ਗੱਲ ਆ ਉਹ ਚੱਲਦੀ ਰਹਿਣੀ ਚਾਹੀਦੀ ਆ। ਸਮਾਂ ਬੜਾ ਘੱਟ ਆ ਸਾਡੇ ਕੋਲ। ਗਿਰਵਲ ਸਾਹਿਬ, ਮੈਂ ਬਿਲਕੁਲ ਗਿਲ ਸਾਹਿਬ ਸੰਖੇਪ ਦੇ ਵਿੱਚ ਗੱਲ ਜਿਹੜੀ ਹੈਗੀ ਕਿ ਉਸ ਵੇਲੇ ਦਾ ਜਿਹੜਾ ਦੌਰ ਸੀਗਾ ਮੀਡੀਆ ਨੇ ਨਿਰਪੱਖ ਭੂਮਿਕਾ ਨਿਭਾਈ, ਤੁਹਾਡੇ ਕੀ ਕਮੈਂਟਸ ਨੇ ਸੰਖੇਪ 'ਚ ਜਿਹੜਾ ਬਹੁਤ ਐਡਾ ਵੱਡਾ ਸਾਰਾ ਘੱਲੂਘਾਰਾ ਜੋ ਕੁਝ ਪੰਜਾਬ 'ਚ ਵਾਪਰਿਆ? ਦੇਖੋ ਮੇਰਾ ਆਪਣਾ ਖਿਆਲ ਇਹ ਹੈਗਾ ਜਿਸ ਤਰ੍ਹਾਂ ਵਿਨਾਇਕ ਸਾਹਿਬ ਨੇ ਬੜੇ ਸੁਚੱਜੇ ਢੰਗ ਨਾਲ ਕਿਹਾ, ਓਬਜੈਕਟਿਵਿਟੀ ਮੇਨਟੇਨ ਕੀਤੀ ਗਈ ਹੈ ਜੀ, ਔਰ ਉਸ ਵੇਲੇ ਦੇ ਮੀਡੀਆ ਨੇ ਉਹ ਕੁਛ ਲਿਖਣ ਦੀ ਔਰ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਨਾਲ ਪੰਜਾਬ ਦਾ ਭਲਾ ਹੋਵੇ, ਲੋਕਾਂ ਦਾ ਉਹਦੇ 'ਚ ਕੋਈ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਔਰ ਬੈਲੈਂਸ ਰੱਖ ਕੇ ਜੋ ਚੱਲੇ ਨੇ, ਤਾਂ ਇਹ ਮੀਡੀਆ ਨੇ ਪੰਜਾਬ ਨੂੰ ਕਾਫੀ ਹੱਦ ਤੱਕ ਬਚਾਇਆ ਵੀ ਆ। ਓਕੇ, ਕੋਈ ਅੱਗ ਲਗਾਉਣ ਵਾਲੀ ਗੱਲ ਨਹੀਂ ਕੀਤੀ, ਕੋਈ ਭਾਵਨਾ ਨਾਲ ਖੇਡਣ ਦੀ ਗੱਲ ਜੀ ਜੀ, ਪੋਜ਼ਿਟਿਵ ਉਹਦਾ ਆਊਟਕਮ। ਓਕੇ ਓਕੇ, ਗੱਲ ਸਾਹਿਬ ਥੈਂਕ ਯੂ ਵੈਰੀ ਮੱਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਆਪਰੇਸ਼ਨ ਨੀਲਾ ਤਾਰਾ ਦੇ ਮੁੱਦੇ 'ਤੇ ਜਿਹੜੀ ਚਰਚਾ ਕੀਤੀ ਹੈ, ਇਹੋ ਜਿਹੇ ਫੈਕਟਸ ਜਿਹੜੇ ਸਾਡੇ ਸਾਹਮਣੇ ਆਏ ਆ, ਅਸੀਂ ਇੱਥੇ ਬੈਠੇ ਤਾਂ ਕੀ ਜਿਹੜੇ ਸਾਡੇ ਦਰਸ਼ਕ ਹੈ ਸ਼ਾਇਦ ਉਹਨਾਂ ਨੂੰ ਵੀ ਕੰਬਣੀ ਛਿੜ ਗਈ ਹੋਈ, ਕਿਹੋ ਜਿਹੇ ਮਾਹੌਲ ਦੇ ਵਿੱਚੋਂ ਪੰਜਾਬ ਅਤੇ ਇਸ ਦੇ ਲੋਕ ਨਿਕਲੇ, ਜਿੱਦਾਂ ਵਿਨਾਇਕ ਸਾਹਿਬ ਨੇ ਕਮੈਂਟ ਕੀਤੇ ਹੈ ਕਿ ਸਾਨੂੰ ਅਜੇ ਵੀ ਬਹੁਤ ਸਾਰਾ ਸਬਕ ਸਿੱਖਿਆ ਪਰ ਹੋਰ ਸਬਕ ਸਿੱਖਣ ਦੀ ਜ਼ਰੂਰਤ ਹੈ। ਆਪਰੇਸ਼ਨ ਨੀਲਾ ਤਾਰਾ ਦੇ ਮੁੱਦੇ 'ਤੇ ਅਸੀਂ ਆਪਣੀ ਬਹਿਸ ਜਿਹੜੀ ਹੈਗੀ ਹੈ ਨਵੇਂ ਮਹਿਮਾਨਾਂ ਦੇ ਨਾਲ ਕੱਲ੍ਹ ਵੀ ਜਾਰੀ ਰੱਖਾਂਗੇ। ਅੱਜ 'ਚ ਇਸ ਬਹਿਸ ਦੇ ਸ਼ਾਮਿਲ ਹੋਣ ਲਈ ਮੈਂ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਔਰ ਸਾਡੇ ਦਰਸ਼ਕਾਂ ਲਈ ਸੁਨੇਹਾ, ਕੋਈ ਵੀ ਪ੍ਰੋਗਰਾਮ ਬਾਰੇ ਤੁਸੀਂ ਆਪਣਾ ਮੈਸੇਜ ਜਾਂ ਸੁਨੇਹਾ ਦੇਣਾ ਚਾਹੋ, ਜਗਤਾਰ ਸਿੱਧੂ @globalpunjabtv.com।